ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਡੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਚਲੋ ਜੀ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ, ਜਿਹਦੇ ਲਈ ਆਪਾਂ ਨੇ ਪਾਲਕ ਲੈ ਲਿਆ। ਆਪਾਂ ਨੇ ਪਾਲਕ ਲੈ ਲਿਆ, ਪਾਲਕ ਦਾ ਆਪਾਂ ਪੱਤਾ ਪੱਤਾ ਤੋੜ ਲਿਆਂਦਾ। ਆਪਾਂ ਨੇ ਥੋੜ੍ਹੀ ਜਿਹੀ ਮੇਥੀ ਲੈ ਲਈ, ਦੋ ਕੁ ਮੇਥੇ ਨੇ ਵਿੱਚ। ਆਹ ਧਨੀਆ ਲੈ ਲਿਆ। ਹੁਣ ਆਪਾਂ ਇਹਨਾਂ ਨੂੰ ਬਰੀਕ ਬਰੀਕ ਕੱਟ ਲੈਂਦੇ ਹਾਂ। ਜੇ ਆਪਾਂ ਆਹ ਜਿਹੜੇ ਡੰਡੇ ਜਿਹੇ ਨੇ ਇਹਨਾਂ ਨੂੰ ਹਜੇ ਵੀ ਵਿੱਚੋਂ ਕੱਢ ਦੇਵਾਂਗੇ। ਬਰੀਕ ਬਰੀਕ ਆਪਾਂ ਪਾਲਕ ਨੂੰ ਕੱਟ ਲੈਂਦੇ ਹਾਂ, ਬਹੁਤਾ ਵੱਡਾ ਨਹੀਂ ਕੱਟਾਂਗੇ, ਇੱਦਾਂ ਬਰੀਕ ਬਰੀਕ ਕੱਟ ਲਵਾਂਗੇ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਨਵਾਂ ਸਾਲ ਸਭ ਲਈ ਖੁਸ਼ੀਆਂ ਭਰਿਆ ਆਵੇ, ਵਧੀਆ ਲੰਘੇ। ਲਓ ਜੀ ਇੱਦਾਂ ਹੀ ਆਪਾਂ ਪਾਲਕ ਮੇਥਿਆਂ ਨੂੰ ਕੱਟ ਲੈਂਦੇ ਹਾਂ, ਧਨੀਏ ਨੂੰ ਵਿੱਚੇ ਕੱਟ ਲੈਂਦੇ ਹਾਂ। ਡੰਡੇ ਜੇ ਅਲੱਗ ਕੱਟ ਦੇਵਾਂਗੇ, ਬਰੀਕ ਬਰੀਕ ਕੱਟ ਲੈਂਦੇ ਹਾਂ। ਚਲੋ ਜੀ ਆਪਾਂ ਪਾਲਕ ਮੇਥੇ ਕੱਟ ਕੇ ਫਿਰ ਮਿਲਦੇ ਹਾਂ। ਲਓ ਜੀ ਆਪਾਂ ਨੇ ਪਾਲਕ ਅਤੇ ਮੇਥੇ ਕੱਟ ਲਏ, ਕੱਟ ਕੇ ਧੋ ਤੇ। ਹੁਣ ਆਪਾਂ ਇੱਧਰ ਅੱਗ ਬਾਲ ਲਈ ਚੁੱਲ੍ਹੇ 'ਚ, ਕਿਉਂਕਿ ਹੁਣ ਸਿਆਲ ਦਾ ਮਹੀਨਾ ਜੀ, ਅੱਗ ਤਾਂ ਬੜੀ ਹੋ ਜਾਂਦੀ ਹੈ ਚੁੱਲ੍ਹਿਆਂ ਦੇ ਵਿੱਚ। ਹੁਣ ਆਪਾਂ ਇਹਦੇ ਉੱਪਰ ਪੈਨ ਧਰ ਲੈਂਦੇ ਹਾਂ। ਇਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਪਾਣੀ ਪਾ ਲੈਂਦੇ ਹਾਂ, ਅੱਧਾ ਕੁ ਗਲਾਸ, ਵੱਧ ਨਹੀਂ ਪਾਵਾਂਗੇ, ਜਿੰਨੇ ਕੁ ਨਾਲ ਆਪਣਾ ਆਟਾ ਗੁੰਨ ਜੇ ਬਸ। ਹੁਣ ਜਿਹੜੀ ਆਪਣੀ ਆ ਪਾਲਕ ਅਤੇ ਮੇਥੀ ਕੱਟੀ ਹੋਈ ਹੈ, ਇਹਨੂੰ ਆਪਾਂ ਵਿੱਚ ਪਾ ਦਿੰਦੇ ਹਾਂ। ਇਹਦੇ ਇਹਨੂੰ ਆਪਾਂ ਥੋੜ੍ਹੀ ਜਿਹੀ ਇੱਕੇ ਵਾਲੀ ਦਬਾਵਾਂਗੇ ਵੀ, ਤਾਂ ਜੋ ਆਪਣੀ ਜਿਹੜੀ ਪਾਲਕ ਹੈ ਸੌਫਟ ਹੋ ਜਾਵੇ। ਇਹਨੂੰ ਪਾਲਕ ਨੂੰ ਆਪਾਂ ਥੋੜ੍ਹਾ ਜਿਹਾ ਸੌਫਟ ਕਰ ਲੈਂਦੇ ਹਾਂ। ਪਹਿਲਾਂ ਨੂੰ ਢੱਕ ਗਈ, ਥੋੜ੍ਹੀ ਜਿਹੀ ਹੋਰ ਨਰਮ ਹੋ ਜਾਵੇ, ਫਿਰ ਬਸ ਆਪਾਂ ਇਹਨੂੰ ਲਾ ਲੈਂਦੇ ਹਾਂ ਹੇਠਾਂ। ਲਓ ਜੀ ਪਾਲਕ ਆਪਣਾ ਸੌਫਟ ਹੋ ਗਿਆ ਬਿਲਕੁਲ। ਹੁਣ ਆਪਾਂ ਇਹਨੂੰ ਨੀਚੇ ਲਾ ਲੈਂਦੇ ਹਾਂ। ਲਓ ਜੀ ਇਹਨੂੰ ਹੁਣ ਆਪਾਂ ਠੰਡਾ ਕਰ ਲੈਂਦੇ ਹਾਂ ਥੋੜ੍ਹਾ ਜਿਹਾ। ਲਓ ਜੀ ਆਪਾਂ ਨੇ ਆਹ ਕਣਕ ਦਾ ਆਟਾ ਲੈ ਲਿਆ, ਇੰਨਾ ਕਿ ਆਪਾਂ ਮੱਕੀ ਦਾ ਆਟਾ ਪਾ ਲੈਂਦੇ ਹਾਂ। ਇਹਨੂੰ ਮਿਕਸ ਕਰ ਲੈਂਦੇ ਹਾਂ ਚੰਗੀ ਤਰ੍ਹਾਂ। ਹੁਣ ਜਿਹੜੀ ਆਪਾਂ ਨੇ ਅਸੀਂ ਦੋਨਾਂ 'ਤੇ ਰੱਖ
ਜਿਹੜੀ ਆਪਾਂ ਨੇ ਪਾਲਕ ਵਾਲ ਕੇ ਰੱਖੀ ਸੀ ਇਹਨੂੰ ਆਪਾਂ ਪਾਣੀ ਤੋਂ ਬਾਹਰ ਕੱਢ ਲੈਂਦੇ ਹਾਂ। ਇਹਨੂੰ ਆਟੇ ਦੇ ਵਿੱਚ ਪਾ ਲੈਂਦੇ ਹਾਂ। ਇਹਨੂੰ ਆਪਾਂ ਆਟੇ ਦੇ ਵਿੱਚ ਮਿਕਸ ਕਰ ਲੈਂਦੇ ਹਾਂ ਜੀ ਚੰਗੀ ਤਰ੍ਹਾਂ, ਕਿਉਂਕਿ ਗਰਮ ਆ, ਹੱਥ ਨੂੰ ਆਪਣੇ ਨੂੰ ਗਰਮ ਨਾ ਲੱਗੇ। ਥੋੜ੍ਹੀ ਜਿਹੀ ਵਿੱਚ ਮਿਕਸ ਕਰਕੇ ਫਿਰ ਆਪਾਂ ਇਹਨੂੰ ਹੱਥ ਨਾਲ ਕਰ ਲਵਾਂਗੇ। ਲਓ ਜੀ, ਇਹਨੂੰ ਆਪਾਂ ਹੱਥ ਨਾਲ ਮਿਕਸ ਕਰ ਲੈਂਦੇ ਹਾਂ ਚੰਗੀ ਤਰ੍ਹਾਂ ਆਟੇ ਦੇ ਵਿੱਚ। ਇੱਦਾਂ ਮਿਕਸ ਕਰ ਲੈਂਦੇ ਹਾਂ ਚੰਗੀ ਤਰ੍ਹਾਂ। ਲਓ ਜੀ, ਪਾਲਕ ਆਪਾਂ ਨੇ ਚੰਗੀ ਤਰ੍ਹਾਂ ਸਾਰੇ ਆਟੇ 'ਚ ਮਿਕਸ ਕਰ ਲਿਆ। ਹੁਣ ਆਪਾਂ ਇਹਦੇ ਵਿੱਚ ਲੂਣ ਮਿਰਚ ਐਡ ਕਰ ਦਿੰਦੇ ਹਾਂ। ਨਮਕ ਪਾ ਲੈਂਦੇ ਹਾਂ ਸਵਾਦ ਅਨੁਸਾਰ। ਥੋੜ੍ਹੀ ਜਿਹੀ ਆਪਾਂ ਕਲਰ ਦੇ ਲਈ ਹਲਦੀ ਪਾ ਲੈਂਦੇ ਹਾਂ ਤਾਂ ਜੋ ਆਪਣੇ ਪਰੌਂਠਿਆਂ ਦਾ ਰੰਗ ਵਧੀਆ ਹੋਵੇ ਬਣੇ। ਲਓ ਜੀ, ਆਪਾਂ ਇੱਕ ਪਿਆਜ਼ ਪਾ ਲੈਂਦੇ ਹਾਂ। ਇੱਧਰ ਧਨੀਆ ਆਪਾਂ ਨੇ ਕੱਟ ਕੇ ਰੱਖ ਲਿਆ ਸੀ ਅਲੱਗ, ਇਹ ਆਪਾਂ ਨੇ ਵਿੱਚ ਤਾਂ ਨਹੀਂ ਪਾਇਆ ਕਿਉਂਕਿ ਇਹਦੀ ਸਮੈਲ ਫਿਰ ਵਿੱਚੇ ਖਤਮ ਹੋ ਜਾਂਦੀ ਜੀ। ਇਹ ਤਾਂ ਕੱਚਾ ਹੀ ਜ਼ਿਆਦਾ ਵਧੀਆ ਲੱਗਦਾ, ਇਹਦਾ ਕੱਚੇ ਦਾ ਟੈਸਟ ਜ਼ਿਆਦਾ ਵਧੀਆ ਆਉਂਦਾ। ਇਹਨੂੰ ਵੀ ਆਪਾਂ ਵਿੱਚ ਪਾ ਲੈਂਦੇ ਹਾਂ। ਲਓ ਜੀ, ਹੁਣ ਆਪਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਂਦੇ ਹਾਂ। ਲਓ ਜੀ, ਜਿਹੜਾ ਹੁਣ ਆ ਪਾਣੀ ਦੀ ਗਰਮ ਜਿੰਨੀ ਜਿੰਨੀ ਕੱਪਾਂ ਨੂੰ ਲੋੜ ਆ ਉਨਾ ਉਨਾ ਕੱਪਾਂ ਪਾ ਕੇ ਆਟੇ ਨੂੰ ਗੁੰਨ ਲਵਾਂਗੇ। ਲਓ ਜੀ, ਹੁਣ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਮਲ ਮਲ ਕੇ ਗੁੰਨ ਲੈਂਦੇ ਹਾਂ। ਕਿਉਂਕਿ ਜਿੰਨਾ ਆਪਾਂ ਇਹਨੂੰ ਗੁੰਨਾਂਗੇ ਜੀ ਉਨਾ ਹੀ ਵਧੀਆ ਬਣੂਗਾ, ਉਨੀ ਰੋਟੀ ਵਧੀਆ ਆਉਂਦੀ ਆ। ਪਾਣੀ ਦਾ ਹੱਥ ਲਗਾ ਲਗਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਗੁੰਨ ਲਵਾਂਗੇ। ਲਓ ਜੀ, ਆਟਾ ਆਪਣਾ ਬਣ ਗਿਆ। ਹੁਣ ਇਹਨੂੰ ਆਪਾਂ 2 ਮਿੰਟ ਲਈ ਰੈਸਟ ਲਈ ਧਰ ਦਿੰਦੇ ਹਾਂ ਢੱਕ ਕੇ। ਲਓ ਜੀ, ਇੱਧਰ ਆਪਾਂ ਨੇ ਦੁਬਾਰੇ ਅੱਗ ਬਾਲ ਲਈ, ਹੁਣ ਆਪਾਂ ਉੱਪਰ ਤਵਾ ਧਰ ਦਿੰਦੇ ਹਾਂ। ਤਵਾ ਆਪਣਾ ਗਰਮ ਹੁੰਦਾ, ਇੰਨੇ ਆਪਾਂ ਪੇੜੇ ਬਣਾ ਲੈਂਦੇ ਹਾਂ। ਲਓ ਜੀ, ਆਪਾਂ ਹੁਣ ਇਹਦੇ ਆਟਾ ਆਪਣਾ ਵਧੀਆ ਹੋ ਗਿਆ, ਹੁਣ ਆਪਾਂ ਇਹਦੇ ਪੇੜੇ ਬਣਾ ਲੈਂਦੇ ਹਾਂ। ਲਓ ਜੀ, ਕਾਲਸ ਆਪਾਂ ਨੇ ਪੂੰਜ ਲੈਤੀ, ਹੁਣ ਆਪਾਂ ਪੇੜੇ ਬਣਾ ਲੈਂਦੇ ਹਾਂ।
ਨਾ ਬਹੁਤੇ ਵੱਡੇ ਤੇ ਨਾ ਬਹੁਤੇ ਛੋਟੇ। ਆਪਣੇ ਤਿੰਨ ਕੁ ਬਣਾ ਲਏ, ਇੰਨੇ ਆਪਾਂ ਹੁਣ ਇਹਨਾਂ ਜੇ ਆਪਾਂ ਇਹਦਾ ਲੋਈਆ ਬਣਾ ਲੈਂਦੇ ਹਾਂ। ਕਿਉਂਕਿ ਮੱਕੀ ਦੇ ਆਟੇ ਕਰਕੇ ਥੋੜ੍ਹੇ ਜਿਹੇ ਤਿੜਦੇ ਨੇ ਜੀ, ਵਿੱਚ ਮੱਕੀ ਦਾ ਆਟਾ ਪਾਇਆ। ਲਓ ਜੀ ਥੋੜ੍ਹੇ ਜਿਹੇ ਆਪਾਂ ਪੇੜੇ ਮੋਟੇ ਕੱਢਾਂਗੇ, ਭਾਰੀ ਪਤਲਾ ਤੜਪਾ ਦਿੰਦੇ ਹਾਂ। ਲਓ ਜੀ ਹੁਣ ਆਪਾਂ ਇਹਦਾ ਪਾਸਾ ਪਲਟਾ ਦਿੰਦੇ ਹਾਂ। ਹੁਣ ਆਪਾਂ ਇਹਦੇ ਉੱਪਰ ਲਗਾ ਦਿੰਦੇ ਹਾਂ ਘੀ। ਬਹੁਤ ਵਧੀਆ ਖੁਸ਼ਬੂ ਆਉਣ ਲੱਗ ਗਈ। ਹੁਣ ਆਪਾਂ ਇਹਦੇ ਦੂਜੇ ਪਾਸੇ ਤੇ ਵੀ ਘੀ ਲਗਾ ਦਿੰਦੇ ਹਾਂ। ਲਓ ਜੀ ਪਰੌਂਠਾ ਆਪਣਾ ਬਣ ਗਿਆ। ਹੁਣ ਆਪਾਂ ਹੋਰ ਪਰੌਂਠੇ ਬਣਾਉਣੇ ਇੱਦਾਂ। ਲਓ ਜੀ ਇੱਦਾਂ ਹੀ ਆਪਾਂ ਇੱਕ ਪਰੌਂਠਾ ਹੋਰ ਬਣਾ ਲੈਂਦੇ ਹਾਂ। ਦੇਖਿਓ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ, ਪਾਲਕ ਦੇ ਪਰੌਂਠੇ ਬਹੁਤ ਟੇਸਟੀ ਬਣਦੇ ਨੇ ਜੀ, ਪਾਲਕ ਦੇ ਪਕੌੜਿਆਂ ਨਾਲ ਵੀ ਵਧੀਆ ਬਣਦੇ ਨੇ। ਲਓ ਜੀ ਆਪਾਂ ਇਹਦਾ ਪਾਸਾ ਪਲਟਾ ਦਿੰਦੇ ਹਾਂ। ਹੁਣ ਆਪਾਂ ਇਹਦੇ ਉੱਪਰ ਘੀ ਲਗਾ ਦਿੰਦੇ ਹਾਂ। ਲਓ ਜੀ ਹੁਣ ਆਪਾਂ ਇਹਦੇ ਦੂਜੇ ਪਾਸੇ ਘੀ ਲਗਾ ਦਿੰਦੇ। ਇਹ ਵੀ ਆਪਣਾ ਪਰੌਂਠਾ ਬਣ ਕੇ ਤਿਆਰ ਹੋ ਗਿਆ। ਦੇਖੋ ਬਹੁਤ ਸੌਫਟ ਨੇ, ਪੋਲੇ ਨੇ। ਲਓ ਜੀ ਪਾਲਕ ਦੇ ਪਰੌਂਠੇ ਆਪਣੇ ਬਣ ਗਏ ਮੱਖਣੀ ਦੇ ਨਾਲ। ਜੇ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ, ਸ਼ੇਅਰ ਕਰਿਓ। ਇਹ ਬਿਲਕੁਲ ਪਰੌਂਠੇ ਉਹਨਾਂ ਨੂੰ ਪਕੌੜਿਆਂ ਨਾਲ ਵੀ ਵਧੀਆ ਬਣਦੇ ਨੇ ਪਾਲਕ ਦੇ ਪਰੌਂਠੇ। ਜੇ ਵੀਡੀਓ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ, ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ, ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।